ਹੈਲੋ ਜੀ, ਸਤਿ ਸ਼੍ਰੀ ਅਕਾਲ। ਅਨੰਤ ਫੈਸ਼ਨ ਬੁਟੀਕ ਐਂਡ ਫੂਡ 'ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਜੀ, ਬਾਜੂ ਦੀ ਜੋੜ ਪਾਉਂਦੇ ਹਾਂ ਜਿਹੜਾ ਉਹਦੀ, ਅਤੇ ਜਿਵੇਂ ਦੇਖੋ ਮੈਚਿੰਗ ਸੂਟ ਹੁੰਦੇ ਨੇ ਆਪਣੇ ਜਿਹੜੇ, ਉਹਨਾਂ ਦੇ ਵਿੱਚ 2.5 ਮੀਟਰ ਸ਼ਰਟ ਹੁੰਦੀ ਹੈ। ਆਪਾਂ ਇੱਕ ਪੱਲਾ ਸ਼ਰਟ ਦੀ ਲੈਂਥ ਲੈ ਕੇ ਸਾਈਡ ਤੋਂ ਜਿਹੜਾ ਕੱਪੜਾ ਵੀ ਆਪਣਾ ਬਚਦਾ ਹੈਗਾ ਉਹਦੇ ਵਿੱਚ ਬਾਜੂ ਪੂਰੀਆਂ ਨਹੀਂ ਆਉਂਦੀਆਂ, ਇਹਦੇ ਲਈ ਆਪਾਂ ਨੂੰ ਜੋੜ ਪਾਉਣਾ ਪੈਂਦਾ। ਪਰ ਜੋੜ ਪਾਉਣ ਦਾ ਵੀ ਤਰੀਕਾ ਸਹੀ ਹੋਣਾ ਚਾਹੀਦਾ ਜੀ, ਤਾਂ ਆਪਣਾ ਜੋੜ ਪਾਇਆ ਹੋਇਆ ਜਿਹੜੀ ਬਾਜੂ ਹੈ ਉਹ ਵਧੀਆ ਲੱਗੂਗੀ, ਵੀ ਨਹੀਂ ਵਧੀਆ ਨਹੀਂ ਲੱਗਦੀ। ਮੈਂ ਹੁਣ ਤੁਹਾਨੂੰ ਦੱਸ ਰਹੀ ਹਾਂ ਜੀ ਜੋੜ ਪਾਉਣਾ, ਵੀ ਜੋੜ ਸਹੀ ਤਰੀਕੇ ਕਿਵੇਂ ਪਾਈਏ ਅਤੇ ਕਿਹੜੀ ਸਾਈਡ ਜੋੜ ਜਿਹੜਾ ਆਪਣਾ ਆਉਣਾ ਚਾਹੀਦਾ ਹੈਗਾ। ਜੋੜ ਦੋ ਤਰ੍ਹਾਂ ਨਾਲ ਹੁੰਦੇ ਨੇ ਜੀ ਬਾਜੂ 'ਚ। ਇੱਕ ਤਾਂ ਹੁੰਦਾ ਪਿੱਛੇ ਆਪਾਂ ਵੀ ਪਾ ਲੈਂਦੇ ਹਾਂ ਵੀ ਪਿੱਛੇ ਪਿੱਛੇ ਜੋੜ ਆ ਜਾਂਦਾ, ਇੱਕ ਆਉਂਦਾ ਜੀ ਸੈਂਟਰ 'ਚ। ਸੈਂਟਰ ਵਾਲਾ ਜੋੜ ਦੀ ਆਪਾਂ ਅਲੱਗ ਵੀਡੀਓ ਬਣਾਵਾਂਗੇ, ਜਿਵੇਂ ਜਿਹੜੀ ਬਾਰਡਰ ਵਾਲੀਆਂ ਸ਼ਰਟਾਂ ਹੁੰਦੀਆਂ ਨੇ ਉਹਨਾਂ ਦੇ ਬਾਜੂ ਅਲੱਗ ਤੋਂ ਬਾਰਡਰ ਬਣਾਇਆ ਹੁੰਦਾ ਗਾ, ਉਹਦੇ ਵਿੱਚ ਸਾਈਡ 'ਤੇ ਜੋੜ ਵਧੀਆ ਨਹੀਂ ਲੱਗਦਾ, ਉਹਦੇ ਸੈਂਟਰ 'ਚ ਪਾਉਣਾ ਪੈਂਦਾ ਗਾ। ਉਹ ਵੀ ਡਿਜ਼ਾਇਨ ਦੇ ਹਿਸਾਬ ਨਾਲ ਜੋੜ ਪੈਂਦਾ ਜੀ, ਕਿਸੇ ਦੇ ਸੈਂਟਰ 'ਚ ਪੈਂਦਾ, ਕਿਸੇ ਦੇ ਸਾਈਡ 'ਤੇ ਪੈਂਦਾ। ਕਈ ਮੇਰੀਆਂ ਭੈਣਾਂ ਨਾ ਬੈਕ ਫਰੰਟ ਦੋਨੋਂ ਪੱਲਿਆਂ 'ਤੇ ਜੋੜ ਪਾ ਲੈਂਦੀਆਂ ਨੇ, ਉਹ ਵਧੀਆ ਨਹੀਂ ਲੱਗਦੇ ਹੈਗੇ, ਕਿਉਂਕਿ ਆਪਾਂ ਸੂਟ 'ਤੇ ਦੇਖੋ ਇੰਨੀ ਮਿਹਨਤ ਕਰਦੇ ਹਾਂ ਸਿਲਾਈ ਕਰਨ 'ਤੇ, ਆਪਾਂ ਪੈਸੇ ਵੀ ਲਾਉਂਦੇ ਹਾਂ ਸੂਟ ਜਦੋਂ ਲਾ ਲਓ ਖਰੀਦਦੇ ਹਾਂ, ਹੈ ਨਾ। ਜੇ ਉਹਨਾਂ ਦੀ ਸਿਲਾਈ 'ਚ ਵੀ ਆਪਾਂ ਕਮੀਆਂ ਛੱਡ ਦਈਏ ਤਾਂ ਫਿਰ ਉਹ ਸੂਟ ਦਾ ਸਾਰਾ ਆਪਣਾ ਪਾਉਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ। ਇਹ ਦੇਖੋ ਮੈਂ ਲੈਂਥ ਲੈ ਲਈ ਇੱਕ ਸ਼ਰਟ ਦੀ ਜੀ, ਇੱਕ ਐਕਸਟਰਾ ਲੈਂਥ ਦਾ ਕੱਪੜਾ ਉਨਾ ਹੀ ਹੋਰ ਲੈ ਲਿਆ, ਉਹਦੇ ਵਿੱਚ ਆਪਾਂ ਅੱਧੋ ਅੱਧ ਕਟਿੰਗ ਕਰ ਲਈ ਹੈ ਅਤੇ ਆਪਾਂ ਨੇ ਜੋੜ ਪਾ ਲਏ। ਜਿਹੜੇ ਦਾ ਤਾਂ ਰੁੱਖ ਹੁੰਦਾ ਜੀ, ਉਹਦੇ ਤਾਂ ਤੁਸੀਂ ਰੁੱਖ ਦੇ ਹਿਸਾਬ ਨਾਲ ਜੋੜ ਪਾਇਓ, ਵੀ ਇੱਕੋ ਸਾਈਡ ਆਉਣ ਆਪਣੇ ਜਿਹੜੇ ਜੋੜ ਨੇ। ਜਿਹੜਾ ਇਹ ਵੀ ਇਹਦਾ ਕੋਈ ਰੁੱਖ ਨਹੀਂ ਹੈਗਾ, ਇਹਦੇ ਆਪਾਂ ਦੇਖੋ ਐਵੇਂ ਜੋੜ ਲਾ ਲਿਆ, ਜੋੜ ਲਾ ਕੇ ਦੇਖੋ ਇਹ ਹੈ। ਅੱਧੀਆਂ ਮੇਰੀਆਂ ਭੈਣਾਂ ਕੀ ਕਰਦੀਆਂ ਨੇ, ਜੋੜ ਇੱਕ ਸਾਈਡ ਫਰੰਟ 'ਤੇ ਆ ਜਾਂਦਾ ਜੀ ਬਾਜੂ ਦੇ, ਇੱਕ ਸਾਈਡ ਬੈਕ 'ਤੇ ਆ ਜਾਂਦਾ। ਇਹ ਬਹੁਤ ਗਲਤ ਹੈ, ਇਹ ਤਰੀਕਾ ਬਿਲਕੁਲ ਵਧੀਆ ਨਹੀਂ ਲੱਗਦਾ। ਦੇਖੋ ਜਦੋਂ ਆਪਾਂ ਸ਼ਰਟ ਪਾਈ ਹੁੰਦੀ ਹੈ ਇੱਕ ਜੋੜ ਮੂਹਰੇ ਆਵੇ ਇੱਕ ਪਿੱਛੇ ਆਵੇ, ਹੈ ਨਾ, ਵਧੀਆ ਨਹੀਂ ਲੱਗਦਾ ਇਹ ਵੀ। ਇਹ ਵੀਡੀਓ ਦੇਖੋ ਧਿਆਨ ਨਾਲ ਦੇਖ ਲਿਆ ਕਰੋ, ਵੀਡੀਓ ਮੈਂ ਤੁਹਾਡੀ ਸਾਰੀ ਉਹ ਬਣਾਉਣੀ ਹੁੰਦੀ ਹਾਂ ਜਿਹੜੀ ਤੁਹਾਡੇ ਕੰਮ ਆ ਸਕੇ। ਬਾਕੀ ਇੱਕ ਦੇਖੋ ਜੀ, ਜਿਹੜਾ ਆਪਾਂ ਨੇ ਜੋੜ ਪਾਇਆ ਇਹ ਜੋੜ ਜਿਹੜਾ ਉੱਪਰ ਵੱਲ ਹੋਣਾ ਚਾਹੀਦਾ ਗਾ। ਦੇਖੋ ਮੈਂ ਤਾਂ ਹੀ ਇੱਧਰਲੀ ਸਾਈਡ, ਜਿਹੜੀ ਸਾਈਡ ਵੱਧ ਕੱਪੜਾ ਗਾ ਉੱਧਰਲੀ ਸਾਈਡ ਜੋੜ ਦੀ ਜਿਹੜੀ ਸਿਲਾਈ ਆ ਉਹ ਕਰ ਰਹੀ ਹਾਂ, ਕਿਉਂਕਿ ਇਹ ਕੋਟਨ ਦਾ ਕੱਪੜਾ ਜੀ। ਜੇਕਰ ਸਿੰਥੈਟਿਕ ਹੋਵੇ ਤਾਂ ਤੁਸੀਂ ਪ੍ਰੈੱਸ ਵੀ ਕਰ ਸਕਦੇ ਹੋ, ਬਾਕੀ ਇਹਦੇ ਉੱਪਰ ਦੀ ਸਿਲਾਈ ਨਾ ਲਾਇਆ ਕਰੋ ਜੀ। ਜਿਹੜੀ ਅੰਦਰ ਅੰਦਰ ਦੀ ਸਿਲਾਈ ਲਾਉਣੀ ਆ ਉਹੀ ਤੁਸੀਂ ਛੋਟੇ ਬਿਲਕੁਲ ਬਰੀਕ ਵਖੇ ਨਾਲ ਲਾ ਲਿਆ ਕਰੋ। ਇਹ ਦੇਖੋ ਹੁਣ ਬਾਜੂ ਆਪਾਂ ਫੋਲਡ ਕਰ ਲਏ ਜੀ। ਫੋਲਡ ਕਰਕੇ ਕਈ ਵਾਰੀ ਜੋੜ ਚੌੜੇ ਹੁੰਦੇ ਨੇ ਨਾ, ਤੁਸੀਂ ਫਿਰ ਮੋਢੇ ਦੇ ਹਿਸਾਬ ਨਾਲ ਫੋਲਡ ਕਰ ਲਿਓ, ਵੀ ਐਂ ਨਹੀਂ ਹੈਗਾ ਵੀ ਜਿੰਨਾ ਵੀ ਆਪਾਂ ਵੱਧ ਕਟਿੰਗ 'ਚ ਕਰ ਦਈਏ ਜੋੜ ਆਪਣੇ ਮੋਢੇ ਦੇ ਪਿੱਛੇ ਤੱਕ ਆ ਜਾਣ। ਇਹ ਦੇਖੋ ਮੈਂ ਇੱਕ ਸਾਈਡ ਵੱਧ ਕੱਢਿਆ ਗਾ ਕੱਪੜਾ ਜੋੜ ਵਾਲੀ ਸਾਈਡ, ਇਹ ਦੇਖੋ। ਬਸ ਇਹ ਤੁਸੀਂ ਇੱਧਰ ਨੂੰ ਉੱਪਰ ਵੱਲ ਨੂੰ ਹੀ ਫੋਲਡ ਕਰਨੀ ਆ, ਨੀਚੇ ਨੂੰ ਨਹੀਂ ਫੋਲਡ ਕਰਨੀ। ਇਹ ਜੋੜ ਪਾਉਣਾ ਹੀ ਮੈਂ ਤੁਹਾਨੂੰ ਅੱਜ ਦੱਸਣਾ। ਮੋਢੇ ਦੀ ਜਿਹੜੀ ਕਟਿੰਗ ਦੀ ਵੀਡੀਓ ਹੈ, ਕਾਟ ਦੀ ਵੀਡੀਓ ਹੈ ਵੀ ਕਿਵੇਂ ਪਾਉਣੀ ਹੈ, ਉਹ ਮੈਂ ਪਹਿਲਾਂ ਹੀ ਅਪਲੋਡ ਕੀਤੀ ਹੋਈ ਹੈ ਜੀ, ਤੁਸੀਂ ਉਹ ਦੇਖ ਸਕਦੇ ਹੋ। ਆਪਾਂ ਹੁਣ 9.5 ਇੰਚ ਮੋਢਾ ਰੱਖਣਾ, ਦੇਖੋ 2.5 ਇੰਚ ਆਪਾਂ ਐਕਸਟਰਾ ਰੱਖ ਲਿਆ। ਉਹ ਨੀਚੇ ਵਾਲਾ ਕੱਪੜਾ ਜਿਹੜਾ ਜੋੜ ਪਾਇਆ ਜੀ, ਉਹ ਘੱਟ ਤੋਂ ਘੱਟ ਆਪਾਂ ਨੇ ਬਾਜੂ ਦੇ ਵਿੱਚ ਦਿਖਾਇਆ ਗਾ। ਇਹ ਦੇਖੋ ਇਹ ਇੱਕ ਬਾਂਹ ਪੁੱਠੀ ਹੈ ਜੀ, ਇੱਕ ਸਿੱਧੀ ਹੈ। ਫਿਰ ਇਹਨਾਂ ਦੇ ਦੋਹਾਂ ਦੇ ਮੂੰਹ ਇਹ ਵੀ ਇੱਕ ਦੂਸਰੇ ਵੱਲ ਹੋਣਗੇ ਜਦੋਂ ਆਪਾਂ ਕਟਿੰਗ ਕਰਾਂਗੇ। ਹੁਣ ਆਪਾਂ ਜਿਹੜੀ ਬਾਜੂ ਹੈ ਜਿਵੇਂ ਆਪਾਂ ਨੋਰਮਲ ਬਾਜੂ ਕਟਿੰਗ ਕਰਦੇ ਹਾਂ ਉਵੇਂ ਕਰ ਲੈਣੀ ਹੈ। ਬਸ ਇਹ ਧਿਆਨ ਰੱਖਿਆ ਕਰੋ ਜੀ ਵੀ ਬੈਕ ਪੱਲੇ 'ਤੇ ਆਵੇ ਜਿਹੜਾ, ਪਿਛਲੇ ਪਾਸੇ ਆਵੇ ਜੋੜ ਹੈ ਜਿਹੜਾ, ਫਰੰਟ 'ਤੇ ਪਾਇਆ ਹੋਇਆ ਜੋੜ ਵਧੀਆ ਨਹੀਂ ਲੱਗਦਾ। ਹੁਣ ਆਪਾਂ ਦੇਖ ਤੁਹਾਨੂੰ ਦਿਖਾਉਂਦੇ ਹਾਂ,
ਇੱਥੋਂ ਆਪਾਂ ਮੋਢਾ ਕਟਿੰਗ ਕਰ ਲੈਂਦੇ ਹਾਂ ਜੀ। ਇਹ ਦੇਖੋ ਇਹ ਜਿਹੜਾ ਉੱਪਰਲਾ ਪਾਸਾ ਨਾ, ਇਹ ਦੋਨੋਂ ਬਾਜੂ ਦਾ ਫਰੰਟ ਹੈਗਾ। ਦੇਖੋ ਫਰੰਟ 'ਤੇ ਕੋਈ ਜੋੜ ਨਹੀਂ ਆ ਰਿਹਾ, ਤੁਸੀਂ ਇਸ ਤਰੀਕੇ ਨਾਲ ਜੋੜ ਪਾਇਆ ਕਰੋ ਵੀ ਕੰਮ ਸੋਹਣਾ ਵੀ ਲੱਗੇ। ਜਿਹੜਾ ਸੂਟ ਦੇ ਵਿੱਚ ਐਵੇਂ ਆਪਾਂ ਕੋਈ ਕਮੀ ਛੱਡ ਦਿੰਦੇ ਹਾਂ ਨਾ, ਉਹ ਸੂਟ ਪਾਉਣ ਨੂੰ ਵੀ ਦਿਲ ਨਹੀਂ ਕਰਦਾ ਹੁੰਦਾ। ਦੇਖੋ ਆਪਾਂ ਮਿਹਨਤ ਕਰਦੇ ਹਾਂ ਜਾਂ ਸਟਿਚਿੰਗ ਦਿੰਦੇ ਹਾਂ ਤਾਂ ਵੀ, ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜੀ ਧਿਆਨ ਰੱਖਣ ਯੋਗ। ਇਹ ਦੇਖੋ ਇਹ ਹੋ ਗਈ ਇੱਕ ਬਾਂਹ, ਇਹ ਹੋ ਗਈ ਜੀ ਇਹਨਾਂ ਦਾ ਬੈਕ ਸਾਈਡ ਹੋ ਗਈ। ਇਹ ਦੇਖੋ ਇਹ ਆਪਾਂ ਇਸ ਤਰੀਕੇ ਨਾਲ ਕਰਨੀ ਹੈ ਜੀ। ਇੱਕ ਗੱਲ ਵਾਰ ਵਾਰ ਤਾਂ ਸਮਝਾਉਣੀ ਆ ਤਾਂ ਕਿ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ। ਇਹ ਦੇਖੋ ਦੋ ਬਾਜੂ ਨੇ, ਇੱਕ ਬਾਂਹ ਪੁੱਠੀ ਹੈ ਜੀ, ਇੱਕ ਸਿੱਧੀ ਹੈ। ਬਾਕੀ ਆਪਾਂ ਹੋਰ ਤਰੀਕੇ ਵੀ ਹੈਗੇ ਆ ਇੱਕ ਜੋੜ ਪਾਉਣ ਦਾ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਧੰਨਵਾਦ ਜੀ।